ਸਤਿ ਸ਼੍ਰੀ ਅਕਾਲ ਫਰੈਂਡਸ, ਅੱਜ ਅਸੀਂ ਬਣਾ ਰਹੇ ਹਾਂ ਓਮਲੇਟ ਬਿਨਾਂ ਆਂਡਿਆਂ ਤੋਂ, ਜਿਸ ਦੇ ਲਈ ਸਾਨੂੰ ਸਮਾਨ ਚਾਹੀਦਾ ਹੈ 1 ਕੱਪ ਬੇਸਣ, ਅੱਧਾ ਕੱਪ ਮੈਦਾ, 1 ਚਮਚ ਬੇਕਿੰਗ ਪਾਊਡਰ, ਨਮਕ ਸਵਾਦ ਅਨੁਸਾਰ, 1 ਮਿਰਚ ਕੱਟ ਲਈ ਹੈ, ਅੱਧਾ ਟਮਾਟਰ, ਥੋੜ੍ਹਾ ਜਿਹਾ ਧਨੀਆ, ਅੱਧਾ ਪਿਆਜ ਅਤੇ 3 ਤੋਂ 4 ਕੱਪ ਪਾਣੀ ਆਪਾਂ ਇਸ ਗਲਾਸ ਦੇ ਵਿੱਚ ਪਾ ਲਿਆ ਹੈ। ਅਤੇ ਨਾਲ ਹੀ ਆਪਾਂ ਨੂੰ ਚਾਹੀਦਾ ਹੈ ਬਾਊਲ, ਆਪਾਂ ਵੱਡਾ ਬਾਊਲ ਲੈ ਲਿਆ ਹੈ। ਚਲੋ ਫਰੈਂਡਸ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਲਵਾਂਗੇ ਬੇਸਣ, ਫਿਰ ਲਵਾਂਗੇ ਮੈਦਾ, ਬੇਕਿੰਗ ਪਾਊਡਰ ਅਤੇ ਨਮਕ। ਹੁਣ ਆਪਾਂ ਇਹ ਚਾਰੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਪਾਣੀ ਪਾਉਣ ਤੋਂ ਪਹਿਲਾਂ ਹੀ। ਆਪਾਂ ਚਾਰਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਹੁਣ ਆਪਾਂ ਹੌਲੀ ਹੌਲੀ ਪਾਣੀ ਐਡ ਕਰਾਂਗੇ ਅਤੇ ਇਸਦਾ ਇੱਕ ਬੈਟਰ ਤਿਆਰ ਕਰ ਲਵਾਂਗੇ। ਹੌਲੀ ਹੌਲੀ ਪਾਣੀ ਐਡ ਕਰਦੇ ਜਾਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਫਰੈਂਡਸ, ਬੈਟਰ 'ਤੇ ਝੱਗ ਆ ਗਈ ਹੈ। ਇਸ ਦਾ ਮਤਲਬ ਹੈ ਕਿ ਬੈਟਰ ਰੈਡੀ ਹੈ। ਪਰ ਆਪਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਨਿੰਬੂ ਐਡ ਕਰਾਂਗੇ, ਇਹ ਆਪਸ਼ਨਲ ਹੈ, ਤੁਸੀਂ ਚਾਹੋ ਤਾਂ ਕਰ ਸਕਦੇ ਹੋ, ਨਹੀਂ ਤਾਂ ਤੁਹਾਡੀ ਮਰਜ਼ੀ ਹੈ। ਹੁਣ ਇਸ ਨੂੰ ਵੀ ਚੰਗੀ ਤਰ੍ਹਾਂ ਹਿਲਾ ਲਵਾਂਗੇ। ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਪਿਆਜ, ਟਮਾਟਰ, ਧਨੀਆ ਅਤੇ ਮਿਰਚ। ਤੁਸੀਂ ਚਾਹੋ ਤਾਂ ਤੁਸੀਂ ਸਿੰਪਲ ਵੀ ਬਣਾ ਸਕਦੇ ਹੋ, ਪਰ ਪਿਆਜ ਟਮਾਟਰ ਧਨੀਏ ਨਾਲ ਜ਼ਿਆਦਾ ਵਧੀਆ ਲੱਗਦਾ ਹੈ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਤੁਸੀਂ ਦੇਖ ਸਕਦੇ ਹੋ ਫਰੈਂਡਸ, ਬੈਟਰ ਰੈਡੀ ਹੈ ਓਮਲੇਟ ਬਣਾਉਣ ਦੇ ਲਈ। ਸਭ ਤੋਂ ਪਹਿਲਾਂ ਆਪਾਂ ਪੈਨ ਦੇ ਵਿੱਚ ਤੇਲ ਲਾਵਾਂਗੇ। ਤੇ ਇਸ ਨੂੰ ਚੰਗੀ ਤਰ੍ਹਾਂ ਸਪਰੈਡ ਕਰ ਲਵਾਂਗੇ ਬ੍ਰਸ਼ ਦੇ ਨਾਲ। ਪੈਨ ਆਪਾਂ ਨੋਨ ਸਟਿਕ ਹੀ ਯੂਜ ਕਰਨਾ ਹੈ, ਨਹੀਂ ਤਾਂ ਓਮਲੇਟ ਵਧੀਆ ਨਹੀਂ ਬਣੇਗਾ। ਹੁਣ ਆਪਾਂ 1 ਕੜਛੀ ਬੈਟਰ ਪੈਨ ਦੇ ਵਿੱਚ ਪਾਵਾਂਗੇ ਅਤੇ ਇਸਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ। ਆਪਾਂ ਲੋ ਗੈਸ 'ਤੇ ਹੀ ਬਣਾਉਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ। ਤੁਸੀਂ ਦੇਖ ਸਕਦੇ ਹੋ ਫਰੈਂਡਸ, ਬਿਲਕੁਲ ਓਮਲੇਟ ਵਾਂਗੂ ਲੱਗ ਰਿਹਾ ਹੈ, ਆਂਡਿਆਂ ਦੇ ਓਮਲੇਟ ਵਾਂਗੂ। ਅਤੇ ਆਂਡਿਆਂ ਦੇ ਓਮਲੇਟ ਵਾਂਗੂ ਹੀ ਥੋੜ੍ਹਾ ਥੋੜ੍ਹਾ ਰਿੱਝ ਰਿਹਾ ਹੈ। ਦੋ ਮਿੰਟ ਤੱਕ ਆਪਾਂ ਇਸ ਨੂੰ ਹੀ ਲੋ ਗੈਸ 'ਤੇ ਪਕਾਵਾਂਗੇ।
ਹੁਣ ਆਪਾਂ ਇਸ ਨੂੰ ਪਲਟਾਂਗੇ देख सकते हो फ्रेंड्स कितना वधिया ऑमलेट रेडी होया है वो भी बिना अंडिया तो जो लोग अंडे नहीं खाते हैं वो इस रेसिपी को जरूर ट्राई कर बहुत ही ज़्यादा स्वाद बनता है तुम देख सकते हो फ्रेंड्स कितना वधिया ऑमलेट रेडी होया है वो भी बिना अंडिया तो तुसी साड़ी इस आसान रेसिपी नू जरूर ट्राई करो ते सानू कमेंट्स दे विच शेयर करो जे तुहानू साड़ी वीडियो वधिया लगी है तो साड़े चैनल नू लाइक सबसक्राइब ते शेयर करना ना भुल्लियो हुण आपां इस नू सर्व करांगे सॉस दे नाल थैंक यू सो मच